मेरे तो नहीं होता कुछ भी। अब्बा दोबारा मैं तेरी छुट्टियां दे इत्थे आना, तुसीं मैनूं चार दिन आए तो मैनूं काम दिला छड्डिया। घर दे काम तो बच्चे करने पैंदे ने। लांतियां पता नहीं कित्थों इन्नियां काले मूंह वाले जुआं पवा लियां नी, वेख तां सही इन्नियां लीकां। ओए होए होए, अरे अब्बे नाल सौंदा रहीं, अब्बे दे वेख कितें अब्बे दे नाम लख दी लन ते सारी दिहाड़ी मिट्टी विच उत्थे भोखना तूं। अब्बे ते आ जा, अल्लाह दे बंदे अज तां अपने घरे कां बोलदा पिया, कोई आंदा पिया बलिए लोके अपने घरे किन्ने आना है। और तुसी उठ पो, थोड़ी शकीनी नहीं खत्म होंदी, और पट्ठे किन्ने कुतरने ने। ਬਈ ਇਹ ਡੇਲੀ ਦਾ ਕੰਮ ਅਸੀਂ ਕਰਨਾ ਹੈ, ਹੋਰ ਕਿਧਰੇ ਨਹੀਂ ਹੁੰਦਾ ਸਾਡੇ ਕੋਲ। ਡੋਡੀ ਮਾਰ ਕਰੇ ਹੋਰ, ਹੋ ਕਰ ਲੈ ਸੀ ਆਪੇ ਸਾਡੇ ਕੋਲ। ਚਲੋ ਮੁੰਡਾ ਪੱਠੇ ਤੂੰ ਆਪ ਹੀ। ਅੱਬਾ ਜੀ ਇੱਕ ਤਾਂ ਸਾਡੀ ਸ਼ਾਦੀ ਨਹੀਂ ਕਰਦੇ ਪਏ, ਸਾਡਾ ਕੋਈ ਗੁਨਾਹ ਹੈ ਤਾਂ ਸਾਡੇ ਵੱਡੇ ਭਰਾ ਦਾ ਵੇਖ ਲੋ, ਸੇਰੀ ਚਿੜੀਆਂ ਨੇ ਪਾੜ ਦਿੱਤਾ। ਆ ਜਾ ਪੱਠਾ। ਮੈਂ ਡੋਡਾ ਕੀ ਵਿਆਹ ਕਰਾਂ, ਘਰ ਦਾ ਕੰਮ ਹੀ ਕਰਦੇ ਨਹੀਂ, ਕਿਤੇ ਹੋਰ ਕੀ ਕੀਤੀ ਜਾਣਾ, ਕੰਮ ਨਹੀਂ ਕੀਤੀ ਜਾਂਦੇ ਸਾਡੇ। ਅਗਰ ਚੱਲ ਭਾਈ ਸਾਹਿਬ ਅੱਗੇ ਲੱਗ ਜਾਓ ਯਾਰ, ਅਗਲੇ ਤੇ ਮੈਂ ਪੁੱਤਰ ਆਈ ਕੋਈ ਨਹੀਂ ਹੁੰਦਾ ਯਾਰ, ਵੱਡਾ ਭਰਾ ਨਹੀਂ ਹੈ ਤੂੰ, ਸੋਹਣਾ ਲੱਗ ਸੇ ਅੱਗੇ। ਆਹ ਡੇਲੀ ਡੇਲੀ ਵਾਲਾ ਕੰਮ ਨਾ, ਆਪਾਂ ਟੋਕਾ ਲਵਾਉਣਾ ਹੈ ਪੀਟਰ ਟੋਕਾ। ਲਓ ਜੀ ਤੇਲ ਮੁੱਕ ਗਿਆ ਹੀ ਸਮੀਆਂ, ਤੇਰੇ ਉਹ ਤੇਲ ਹੋਰ ਨਹੀਂ ਪਾਇਆ ਜਾਂਦਾ, ਤੈਨੂੰ ਪਤਾ ਸੀ ਕਿੰਨਾ ਸਫ਼ਰ ਹੈਗਾ ਸੀ। ਉਹ ਮੈਂ ਹੁਣ ਦੱਸ ਕੀ ਕਰਾਂ ਹੈਗਾ, ਮੇਰੇ ਕੋਲ ਪੈਸੇ ਤੇ ਪੱਲੇ ਹੋਵਣਾ ਤਾਂ ਮੈਂ ਪਵਾਵਾਂ। ਹੋਰ ਤੇ ਮੁੰਨਾ ਪੇਸ਼ ਵਿਆਹ ਨਾ ਤੂੰ, ਤੈਨੂੰ ਪਤਾ ਜੀ ਉਹ ਤੇਲ ਪੂਰਾ ਪਵਾਉਣਾ ਸੀ। ਮੈਂ ਇਹਦੇ ਚੰਗਾ ਭਲਾ ਇਹਦੇ ਤੇਲ ਇੱਥੇ ਤੱਕ ਸਾਰਾ ਪਵਾਇਆ, ਮੈਂ ਬੜਲੇ 100 ਰੁਪਏ ਦਾ ਪਵਾਇਆ ਤੇਲ। ਤੂੰ ਕਿਸੇ ਕੰਮ ਦਾ ਨਹੀਂ ਹੈਗਾ। ਓਹੋ ਚੱਲ ਆ ਬਹੁਤ, ਤੈਨੂੰ ਤਾਂ ਲੈ ਚੱਲਣਾ ਹੋਰ ਰੋਸਤੇ ਨਾ ਜਾ, ਅੱਲਾ ਦੀ ਬੰਦੀ ਆ, ਔਰ ਆ ਤੈਨੂੰ ਮੈਂ ਬਾਹਰ ਲੈ ਚੱਲ ਸਕੂਨ ਨਾਲ। ਚੱਲ ਸਟਾਰਟ ਕਰ। ਚੱਲ ਤੂੰ ਬਾ, ਮੈਂ ਧੱਕ ਲੈਣਾ ਬੈ ਉੱਤੇ ਇਹਦੇ। ਆਈ ਲਾ, ਇੱਥੋਂ ਮੈਨੂੰ ਹੱਥ ਪਾਉਣ ਦੇ ਇੱਥੋਂ। ਚੱਲ ਆ ਜਾ ਬਾਈ, ਤੇਰੇ ਪਿਓ ਪੇਕਿਆਂ ਦਾ ਘਰ ਹੀ ਨੇੜੇ ਆਇਆ ਥਾ। ਤੈਨੂੰ ਹੁਣ ਇਹ ਕੰਮ ਕਰ, ਮੈਨੂੰ ਅੰਦਰ ਜਾਂਦਾ ਸਾਰ ਪਾਣੀ ਪੀਵਾ। ਚੱਲ ਚੱਲ ਆ ਫਕੜ ਦੇ, ਚੱਲ ਬੱਚਾ ਤੇਰਾ ਸਾਈ ਏ। ਹਾਂ ਸਾਈ ਏ, ਕੀਤਾ ਕਰ ਸਾਈ ਦੀ, ਨਮੂਨੇ ਨਾਲ ਮੈਨੂੰ ਪਰਨਾ ਦਿੱਤਾ ਹੈਗਾ ਨੇ। ਬੜਾ ਬਾਈ ਕੋਈ ਕੰਜਰਾਂ ਦਾ ਟੱਬਰ ਪਾਇਆ ਗਿਆ ਨਾ ਤੁਹਾਨੂੰ, ਜੇ ਤੁਹਾਡੇ ਘਰੇ ਜਵਾਈ ਆ ਕੋਈ ਬਹਾਲ ਆ, ਮੈਨੂੰ ਕੋਈ ਪਾਣੀ ਛਾਣੀ ਪਿਵਾਓ ਚਾਹ। ਅੱਛਾ ਅੱਛਾ, ਯਾਰ ਲਾਟੂ ਪਾਣੀ ਲਿਆ ਜਲਦੀ। ਬੱਚਾ ਸੁਣਾ ਹੁਣ ਘਰ ਬਾਰ ਦੀ, ਕਾਰੋਬਾਰ ਕਿਵੇਂ ਤੇਰਾ ਚੱਲੀ ਜਾਂਦਾ? ਪਾਣੀ ਪਿਵਾ ਦੇ ਪੈਣੂ, ਉਹ ਲੈ ਆ ਲਾਟੂ ਪਾਣੀ ਪਿਵਾ ਦੇ ਪੈਣੂ, ਲੈ ਪਾਣੀ ਲੈ ਆ। ਲੱਖ ਲਾਨਾ ਤੇ ਤੁਹਾਡੀ ਜ਼ਿੰਦਗੀ ਦੇ ਉੱਤੇ, ਤੁਸੀਂ ਐਡੇ ਮਾਨੀਆਂ ਲੱਤੇ ਮੈਂ ਤਾਂ ਪੈਣੇ ਆਏ ਹੈ, ਤੁਹਾਨੂੰ ਐਡੀ ਕਦਰ ਨਹੀਂ ਹੈ ਕਿ ਜਵਾਈ ਘਰੇ ਆਵਣ ਦੀ? ਠੰਡਾ ਪਾਣੀ ਲੈ ਤੇ ਆ ਬੇਈਮਾਨ ਆ ਕੇ। ਆ ਬਾਹੂ ਬੋ ਬਰਮ ਜਿਹੜੀ ਲੈ ਮੁੱਕ ਗਈ ਸਾਰੀ, ਹੁਣ ਮੈਂ ਕਿਹਦੇ ਮੈਨੂੰ ਪਾਣੀ ਲੈ ਜਾ ਕੇ ਬਾਜ਼ਾਰੋਂ ਲੈ ਖਾਣ ਵਾਸਤੇ ਜਾ ਜਾ ਨਾ ਤਫਾ ਜਾ ਇਥੋਂ। ਵੇ ਉਂਤਰੇ ਜੀਜੇ, ਤੂੰ ਮੇਰੀ ਭੈਣ ਦਾ ਇਲਾਜ ਕੀ ਕਰ ਦਿੱਤਾ ਹੈ, ਤੈਨੂੰ ਬਿਮਾਰੀ ਪਵੇ ਮੱਖੀ ਚੂਸਾ। ਨਰਮ ਕਰ ਲੈ, ਮੈਂ ਤੇਰੇ ਘਰੇ ਮਹਿਮਾਨ ਆਇਆ, ਕੋ ਮੇਰੀ ਖਿਦਮਤ ਕਰ, ਕੋ ਮੇਰੀ ਖਾਤਰਦਾਰੀ ਕਰ। ਮੈਂ ਆਦੀ ਭੈਣ ਦਾ ਲਾਤ ਵੇਖ ਕੇ ਘਬਰਾ ਗਈ ਆ। ਤੇਰੀ ਭੈਣ ਤਾਂ ਹੱਥ ਮੈਨੂੰ ਸਾਰਾ ਦੇ ਰਗੜੀ ਰੱਖਦੀ ਕਰੇ, ਉਹਨੇ ਤੈਨੂੰ ਵਿਚਾਰੀ ਨੇ ਕੀ ਕਹਿਣਾ, ਉਹ ਤਾਂ ਹੈ ਹੀ ਭੋਲੀ ਜਿੰਨੀ। ਕਿਉਂ ਨਹੀਂ ਸਾਮੀ ਅੱਜ ਤਾਂ ਬਾਹਰ ਆਵੀ ਨਾ ਨੀ, ਬਾਹਰ ਆਏ ਤੇ ਬਾਲੜੀ ਦਾ ਲਾਤ ਕੀ ਕਰ ਲੈ ਬੱਚਾ, ਬਸ ਤੇਰਾ ਜੀਜਾ ਹੈਗਾ ਹੈ। ਅੱਬਾ ਇਹਨੇ ਜ਼ਲੀਲ ਕੀਤਾ ਹੋਇਆ, ਕੀ ਮੂਲ ਪਾਰਟੀ ਖੜਾ ਹੈ ਆ, ਕੀ ਆਂਦੀ ਪਈ ਏ, ਕੀ ਆ ਤੈਨੂੰ ਇਹਨੇ ਤੇ ਦਿੱਤੀ ਆਈ, ਇਧਰ ਵੇਖ ਕਿਤਨੀ ਕਮਜ਼ੋਰ ਕਰ ਦਿੱਤੀ ਹੈ। ਕਮਜ਼ੋਰ ਕਰ ਦਿੱਤੀ ਹੈ, ਇਹਦੀ ਹੱਡੀ ਹੀ ਹੋ ਜੇਗੀ, ਹੱਡੀ ਹੋ ਗਈ ਹੈ, ਤੇਰੀ ਵੀ ਹੱਡੀ ਹੋ ਜੀ ਹੈ।
ਤੇਰੇ ਪਿਓ ਦੀ ਮੇਵੇਂ ਚੋਕੇ ਤਾਂ ਰੱਖਣੀ ਸਾਰਾ ਦੇ ਚੱਲ ਤੂੰ ਅੰਦਰ ਅਸੀਂ ਨਹੀਂ ਕੋਈ ਭੇਜਣੀ ਤੇਰੇ ਨਾਲ ਮੈਨੂੰ ਠੰਡੇ ਬੋਤਲ ਲਿਆ ਤੇ ਦੇ ਜਾ ਬੱਚਾ ਗੁੱਸਾ ਨਾ ਕੀਤਾ ਕਰ ਛੋਰੀਆਂ ਦਾ ਵੇਖ ਲੈ ਇਹ ਹਲੇ ਤਿੱਕਰ ਮੇਰੇ ਨਾਲ ਉਵੇਂ ਦਾ ਉਵੇਂ ਲੜਦੀ ਏ ਤੇ ਮੈਂ ਪਿਛਲੀ ਵਾਰੀ ਮੇਲੇ ਤੇ ਲੈ ਗਿਆ ਨਾ ਇਸ ਮੈਨੂੰ ਆਖਿਆ ਕਿ ਜੀਜਾ ਜੀ ਮੈਨੂੰ ਚੂੜੀਆਂ ਲੈ ਦੇ ਤੇ ਮੈਂ ਇਹਨੂੰ ਨਹੀਂ ਲੈ ਦਿੱਤੀਆਂ ਨਾ ਤੇ ਹੁਣ ਵੇਖ ਲੈ ਹਲੇ ਤਿੱਕਰ ਮੇਰੇ ਨਾਲ ਨਾਰਾਜ਼ ਹੈ ਛੋਰੀਆਂ ਸਹੀ ਆਣੀਆਂ ਨੇ ਸ਼ੂਗਰ ਦਾ ਮਰੀਜ਼ ਦਵਾਈ ਲੱਭ ਲਈ ਸ਼ੂਗਰ ਦਾ ਮਰੀਜ਼ ਮੈਂ ਕਿੱਥੋਂ ਆ ਉਹਨਾਂ ਸ਼ਕਲ ਤਾਂ ਵੇਖ ਡੀਵੇ ਦੇ ਮੂੰਹ ਵਾਲਾ ਹੈਗਾ ਜਵਾਈ ਏ ਓਹੋ ਕੀ ਮੇਰੀ ਤਾਂ ਲਾਤ ਕੀ ਕੀਤਾ ਇਹਨੇ ਦੀਆਂ ਦੀ ਸਾਈਡ ਨਾ ਲੈ ਦੀਆਂ ਦੀ ਸਾਈਡ ਨਾ ਲਾਇਆ ਕਰ ਦੀਵਾ ਦੇ ਕਰਦਾ ਕੀ ਏ ਚਲੋ ਜੀਜਾ ਜੀ ਆ ਰੱਖੋ ਉਹਨੂੰ ਤਾਂ ਮੇਰੇ ਲਈ ਬਾਪਾ ਠੀਕ ਤਰੀਕੇ ਛੱਡ ਬੜੇ ਕਰ ਲਈਏ ਮੈਂ ਜੀਜਾ ਨੂੰ ਮੇਰੇ ਇੱਥੇ ਆ ਉਹ ਬਸ ਤਰੀਕੇ ਭਾਜੀ ਜੋ ਕਰ ਰਿਹਾ ਹੈ ਮੰਨ ਗਿਆ ਕਰ ਆਇਆ ਚਲੋ ਜੀਜਾ ਨੂੰ ਬਾਅਦ ਚ ਮੇਰੇ ਲਈ ਇੱਥੇ ਮਾਸੀ ਸ਼ਮੋ ਅੱਜ ਹੁਣ ਤੂੰ ਮੈਨੂੰ ਡੀਵੇ ਦਾ ਮੂੰਹ ਵਾਲਾ ਦੱਸੀ ਜਾਣੀ ਨਾ ਮੈਨੂੰ ਤੇਰੇ ਤੇ ਤਵੱਕੋ ਨਹੀਂ ਆਈ ਉਦੋਂ ਤੂੰ ਦੀ ਦੇਂਦੀ ਵਾਰੀ ਤੂੰ ਮੈਨੂੰ ਆਂਦੀ ਆਈਆਂ ਤੂੰ ਤਾਂ ਤੇਰੇ ਰੰਗੇ ਜਵਾਈ ਤਾਂ ਮੈਂ ਲੱਭਣਾ ਹੀ ਨਹੀਂ ਤੂੰ ਆਂਦੀ ਆਈਆਂ ਕਿ ਮੈਨੂੰ ਤੂੰ ਤੈਨੂੰ ਤਾਂ ਮੈਂ ਅਸਮਾਨਾਂ ਤੇ ਲੱਭਦੀ ਤੂੰ ਮੈਨੂੰ ਜ਼ਮੀਨ ਤੇ ਲੱਭ ਗਿਆ ਤੇਰੀ ਦੀ ਸੈਮੀ ਨੂੰ ਕੋਈ ਲੈਂਦਾ ਨਹੀਂ ਆ ਕਿਉਂਕਿ ਉਹ ਬੀੜਾ ਖਾਂਦੀ ਆਈ ਤੂੰ ਮੈਨੂੰ ਤੇ ਮੜੀਏ ਹੋ ਵੇਖ ਲੈ ਮੈਂ ਉਹਦੀ ਬੀੜੇ ਵਾਲੀ ਵੀ ਆਦਤ ਉਹਦੀ ਛਡਾ ਦਿੱਤੀ ਏ ਲੇਕਿਨ ਤੁਸੀਂ ਇਹ ਗੱਲ ਮੇਰੀ ਪੱਲੇ ਨਹੀਂ ਪਾਈ ਕੋਈ ਗੱਲ ਨਹੀਂ ਤੁਸੀਂ ਜਵਾਈ ਦੀ ਨਹੀਂ ਇੱਜ਼ਤ ਕਰਨੇ ਮੈਂ ਆ ਜਾਂਦਾ ਪਿਆ ਉਹ ਬਹਿ ਜਾ ਬੱਚਾ ਕਿੱਧਰ ਜਾਂਦਾ ਤੇ ਬਹਿ ਜਾ ਤੁਸੀਂ ਜਵਾਈ ਦੀ ਇੱਜ਼ਤ ਹੀ ਨਹੀਂ ਕਰਨੀ ਤੇ ਬਹਿ ਜਾ ਜਾਣਾ ਹੀ ਹੈ ਜੀਜਾ ਜੀ ਕੀ ਹਾਲ ਚਾਲ ਹੈ ਕੀ ਹੋ ਗਿਆ ਜੀਜਾ ਜੀ ਮੂੰਹ ਕਿਵੇਂ ਪੈਰ ਸੀ ਨਾ ਕੱਢੀ ਫੇਰ ਖੈਰ ਤੇ ਕੀ ਟੈਨਸ਼ਨ ਹੈ ਬਹਿ ਜਾ ਪਰੇਸ਼ਾਨ ਨਹੀਂ ਹੋ ਬਹਿ ਜਾ ਬਹਿ ਜਾ ਜੀਜਾ ਜੀ ਹੋ ਜੀ ਕਿਵੇਂ ਆਈ ਉਖੜੇ ਜੇ ਪੈ ਨੇ ਦਾਦੇ ਨੂੰ ਕੌਣ ਲੜਦਾ ਸਾਡੇ ਜੀਜਾ ਜੀ ਨੂੰ ਕੀ ਹੋਇਆ ਓ ਮਾਨੀ ਓ ਯਾਰ ਮੈਂ ਤੈਨੂੰ ਕੀ ਦੱਸਾਂ ਕੀ ਹੋਇਆ ਬਾਵੇਂ ਤੇਰੇ ਦੰਦ ਖੋਤਰ ਖੋਤੇ ਦੇ ਦੰਦਾਂ ਵਰਗੇ ਕੀ ਹੋਇਆ ਖੱਚਰ ਦੇ ਦੰਦਾਂ ਵਰਗੇ ਤੇਰੇ ਦੰਦ ਨੇ ਤੇ ਤੇਰੇ ਸਿਰ ਹੀ ਹੈਗੇ ਜਿਵੇਂ ਗੋਡੇ ਤੋਂ ਲੱਥੇ ਹੋਵੇ ਲੇਕਿਨ ਮੈਂ ਅੱਜ ਤੱਕ ਤੁਹਾਨੂੰ ਕਦੇ ਵੀ ਸਾਲਾ ਨਹੀਂ ਸਮਝਿਆ ਮੈਂ ਆਦਾ ਸੱਕਾ ਵਿਰਾ ਸਮਝਿਆ ਲੇਕਿਨ ਅੱਜ ਮੈਂ ਆਇਆ ਤੁਹਾਡੇ ਘਰੇ ਤੁਹਾਡੇ ਘਰੇ ਮੈਨੂੰ ਕੱਖ ਦੀ ਇੱਜ਼ਤ ਨਹੀਂ ਮਿਲਦੀ ਕੀ ਹੋਇਆ ਇਹ ਬੌਕੀ ਨੇ ਪਿਛਲੇ ਮਾਰ ਤੇ ਨਹੀਂ ਗਿਆ ਨਹੀਂ ਕਿੰਨੇ ਫਾਇਰ ਮਾਰਾਈ ਬੌਕੀ ਨੇ ਕੁੱਤੇ ਹੈਗਾ ਜਿੱਥੇ ਬਕਵਾਸ ਕਰ ਕੀ ਗਈ ਓਹੋ ਤੇਰੇ ਹਟ ਦੋ ਇਹ ਕੁੱਤੇ ਦਾ ਕੁੱਤਾ ਰਹਿ ਗਿਆ ਦਿੱਤੂ ਦਾ ਦਿੱਤੂ ਆ ਜੀਜਾ ਤੇਰਾ ਮੂੰਹ ਆ ਜੀ ਕਿਵੇਂ ਡੋਲੀ ਰੰਗਾ ਨਿਕਲਾ ਫਿਰਦਾ ਕੀ ਬਿਮਾਰੀ ਹੈ ਇਹ ਮੈਂ ਇੱਕ ਗੱਲ ਕਰਦਾ ਵੀ ਆ ਮੈਂ ਜੀ ਤੁਹਾਡੇ ਘਰੇ ਆਇਆ ਕੀ ਹੋਇਆ ਤੁਹਾਡਾ ਕੰਮ ਨਹੀਂ ਬਣਦਾ ਮੇਰੇ ਵਾਸਤੇ ਅਗੂ ਕੋਈ ਸ਼ੈ ਪਕਾ ਰੱਖਵਾ ਬੋਤਲ ਸ਼ੋਤਲ ਸਦਾ ਰੱਖਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਚਲੋ ਕੋਈ ਗੱਲ ਨਹੀਂ ਮੈਂ ਜਾਂਦਾ ਪਿਆ ਬੀਆਂ ਤੁਸੀਂ ਆਦੇ ਨਿਭਾਓ ਉਹ ਬੈ ਬੈ ਕਿੱਧਰ ਜਾ ਰਿਹਾ ਉਹ ਬੈ ਜਾ ਲਿਆਣਾ ਉਹ ਬੋਤਲ ਛੋਟਲ ਤੈਨੂੰ ਪਿਆਣਿਆ ਸਬਰ ਕਰ ਜਾ ਵੇ ਬੈ ਜਾ ਜਾ ਕੇ ਲਿਆ ਤੂੰ ਰਹਿ ਪਿਆ ਉਹ ਬੈ ਜਾ ਕੀ ਹੋ ਗਿਆ ਜੀਜਾ ਤੇਰੇ ਨਾਲ ਤਾਂ ਮਜ਼ਾਕ ਕਰਨ ਲਈ ਸੀ ਤੂੰ ਗੁੱਸਾ ਹੀ ਕਰ ਗਿਆ ਮੈਂ ਬਾਜੀ ਤੇਰੇ ਨਾਲ ਮਜ਼ਾਕ ਕਰੀ ਜਾਂਦੀ ਸੀ ਓਹੋ ਰੱਜੋ ਉਹ ਮੇਰੀ ਜਾਨ ਦੀ ਟੁਕੜੀ ਆ ਕੀ ਹਾਲ ਹੈ ਤੇਰਾ ਠੀਕ ਹੈ ਤਾਂ ਫਰੀ ਨਾ ਹੋ ਚਮਚੀ ਦੇ ਮੂੰਹ ਆਇਆ ਬੈ ਜਾ ਤੈਨੂੰ ਲਿਆ ਤੇ ਦੇ ਦੇਸਾਂ।